ਸੂਬਾ ਸਰਹੰਦ ਵਜ਼ੀਰ ਖਾਨ ਨੂੰ ਸਰਦ ਰੁੱਤ ਵਿੱਚ ਪਸੀਨੇ ਆ ਰਹੇ ਸੀ। ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਅਸੀਂ ਗੁਰੂ ਤੇ ਉਸ ਦੇ ਸਿੰਘਾਂ ਕੋਲੋਂ ਕਈ ਲੜਾਈਆਂ ਹਾਰ ਚੁੱਕੇ ਹਾਂ। 1 ਲੱਖ ਫੌਜ ਦਿੱਲੀ ਤੋਂ ਹੋਰ ਮੰਗਵਾ ਕੇ ਉਹਨਾਂ ਦਾ ਸਫਾਇਆ ਕਰੋ। ਇੰਜ ਨਹੀਂ ਹੋ ਸਕਦਾ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ। 1 ਬੰਦੇ ਦੀ ਮੌਤ ਨਾਲ ਖਾਲਸਾ ਪੰਥ ਦੀ ਕਮਰ ਵੀ ਟੁੱਟ ਜਾਏਗੀ। ਮੈਂ ਸਮਝ ਗਿਆ ਹਜ਼ੂਰ, ਪਰ ਉਸ ਗੁਰੂ ਨਾਲ ਟੱਕਰ ਕੌਣ ਲਵੇਗਾ? ਮੁਗਲੀਆ ਸਲਤਨਤ ਦਾ ਸਭ ਤੋਂ ਤਾਕਤਵਰ ਸੂਰਮਾ ਪੈਂਡੇ ਖਾਨ। ਗੋਬਿੰਦ, ਆਪਣੀ ਫੌਜਾਂ ਨੂੰ ਕਿਉਂ ਮਰਵਾਉਂਦੇ ਆ? ਚੱਲ, ਤੂੰ ਤੇ ਮੈਂ ਆਪਸ ਵਿੱਚ ਦੋਨੋਂ ਲੜ ਕੇ ਜੰਗ ਦਾ ਫੈਸਲਾ ਕਰ ਲੈਂਦੇ ਹਾਂ। ਗੁਰੂ ਸਾਹਿਬ ਨੇ 5 ਪਿਆਰਿਆਂ ਤੋਂ ਆਗਿਆ ਮੰਗੀ। ਫਿਰ ਤਿਆਰ ਹੋ ਜਾ ਗੋਬਿੰਦ। ਸਾਹਿਬ ਨੇ ਕਿਹਾ, ਖਾਲਸਾ ਕਦੀ ਪਹਿਲੇ ਵਾਰ ਨਹੀਂ ਕਰਦਾ। ਲਲਕਾਰਿਆ ਤੂੰ ਐ ਪੈਂਡੇ ਖਾਨ, ਵਾਰ ਮੈਂ ਕਿਵੇਂ ਕਰ ਸਕਦਾ? ਨਹੀਂ, ਪਹਿਲਾ ਵਾਰ ਤੂੰ ਕਰ ਗੋਬਿੰਦ। ਗੁਰੂ ਸਾਹਿਬ ਨੇ ਕਿਹਾ, ਸੋਚ ਲੈ ਪੈਂਡੇ ਖਾਨ, ਜੇ ਵਾਰ ਕਰਨ ਦੀ ਤਮੰਨਾ ਦਿਲ ਚ ਰਹਿ ਗਈ ਤੇ ਫਿਰ ਕੀ ਕਰੇਗਾ? ਤੇ ਫਿਰ ਬਚਾ ਆਪਣੇ ਆਪ ਨੂੰ। ਲੋ ਦੀਨਾ ਬੇਗ ਸਾਹਿਬ, ਪੈਂਡੇ ਖਾਨ ਦਾ ਤੀਰ ਖਾਲਸਾ ਪੰਥ ਦੀ ਕਮਰ ਤੋੜਨ ਲਈ ਤਿਆਰ ਹੈ। ਜੀ ਨੇ ਫਿਰ ਨਿਸ਼ਾਨਾ ਲਗਾਉਣ ਤੋਂ ਪਹਿਲੇ ਵਾਹਿਗੁਰੂ ਜੀ ਨੂੰ ਕਿਹਾ, ਨਰ ਵਿੱਚ ਹਰ ਹੈ, ਹਰ ਵਿੱਚ ਨਰ ਹੈ, ਤੇ ਨਿਰੰਕਾਰ ਹਰ ਇਨਸਾਨ ਵਿੱਚ ਤੂੰ ਆਪ ਹੈ। ਪਰ ਇਸ ਵਕਤ ਮੇਰੇ ਤੀਰ ਦੇ ਸਾਹਮਣੇ ਕਿਸੇ ਦਾ ਹੰਕਾਰ ਹੈ। ਗੁਰੂ ਸਾਹਿਬ ਨੇ ਕਿਹਾ, ਆਪਣੇ ਰੱਬ ਨੂੰ ਯਾਦ ਕਰ ਲੈ ਪੈਂਡੇ ਖਾਨ। ਮੈਂ ਤੇ ਸਿਰ ਤੋਂ ਪੈਰਾਂ ਤਾਈਂ ਲੋਹੇ 'ਚ ਮੜਿਆ ਹਾਂ। ਪੁੱਛੋ ਇਸ ਨੂੰ ਤੇਰੇ ਤੀਰ ਕਿੱਥੇ ਮਾਰੇਗਾ।